हाँ जी दोस्तों, एम डी जॉब अलर्ट चैनल दे विच तुहाडा स्वागत है जी। बहुत वधिया मौका आ चुका है जी 8वीं पास लई वख-वख पोस्टां, जिवें कि 8वीं पास लई अलग पोस्टां ते 10वीं पास लई अलग पोस्टां अनाउंस कीतियां गईयां ने जी। कचहरियां दे विच पोस्टां अनाउंस कीतियां गईयां, कोर्ट दे विच भर्ती आ चुकी है जी। ग्रुप डी दीआं पोस्टां ने पूरी डिटेल दे विच जानकारी लैके हाजिर हो चुके हैं इस वीडियो दे विच। इस वीडियो नूं पूरा ध्यान नाल जरूर देखना, इस वीडियो दे अंत तक बने रहना जी। ਦੇ ਵਿੱਚ ਜਾਣਕਾਰੀ ਦੇਵਾਂਗੇ, ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਨੂੰ ਵੀ ਦਬਾਓ, ਤਾਂ ਕਿ ਪੰਜਾਬ ਸਟੇਟ ਵਿੱਚ ਆਉਣ ਵਾਲੀ ਹਰ ਇੱਕ ਸਰਕਾਰੀ ਨੌਕਰੀ ਸੰਬੰਧੀ ਜਾਣਕਾਰੀ, ਪ੍ਰਾਈਵੇਟ ਨੌਕਰੀ ਸੰਬੰਧੀ ਜਾਣਕਾਰੀ, ਜਾਂ ਪੰਜਾਬ ਦੇ ਵਿੱਚ ਕੋਈ ਨਵਾਂ ਆਪ ਹੈ, ਨੋਟੀਫਿਕੇਸ਼ਨ ਆਉਂਦਾ ਹੈ ਉਸ ਸੰਬੰਧੀ ਜਾਣਕਾਰੀ, ਜਾਂ ਪੰਜਾਬ ਦੇ ਵਿੱਚ ਕੋਈ ਵੀ ਕੰਪੀਟੀਟਿਵ ਐਗਜ਼ਾਮ ਆਉਂਦਾ ਹੈ, ਉਸ ਸੰਬੰਧੀ ਜਾਣਕਾਰੀ ਤੁਹਾਨੂੰ ਸਭ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਜੀ। ਸਾਡਾ ਇੱਕ ਟੈਲੀਗ੍ਰਾਮ ਚੈਨਲ ਵੀ ਹੈ ਜੀ, ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਵੇਗਾ। ਸਾਡੇ ਉਸ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਲਵੋ, ਜਿੱਥੇ ਅਸੀਂ ਹਰ ਇੱਕ ਵੀਡੀਓ ਦਾ ਲਿੰਕ ਪਲੱਸ ਪੰਜਾਬ ਦੇ ਵਿੱਚ ਕੋਈ ਰਿਜ਼ਲਟ ਆਉਂਦਾ ਹੈ ਉਸ ਦੀ PDF ਫਾਈਲ, ਜਾਂ ਪੰਜਾਬ ਦੇ ਵਿੱਚ ਕੋਈ ਇਹੋ ਜਿਹੀ ਭਰਤੀ ਆਉਂਦੀ ਹੈ ਜਿਸ ਨੂੰ ਭਰਨ ਦੇ ਲਈ ਤੁਹਾਨੂੰ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੁੰਦੀ ਹੈ, ਉਸ ਦੀ PDF ਫਾਈਲ ਜਾਂ ਕੋਈ ਹੋਰ ਇੰਪੋਰਟੈਂਟ PDF ਫਾਈਲ ਸਾਡੇ ਟੈਲੀਗ੍ਰਾਮ ਚੈਨਲ ਦੇ ਉੱਤੇ ਅਪਲੋਡ ਕਰਦੇ ਹਾਂ, ਜਿੱਥੋਂ ਤੁਸੀਂ ਡਾਊਨਲੋਡ ਕਰਕੇ ਦੇਖ ਸਕਦੇ ਹੋ ਅਤੇ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਜੀ। ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ। ਜੋ ਸਕਰੀਨ ਦੇ ਉੱਪਰ ਤੁਹਾਨੂੰ ਪਰਫੋਰਮਾ ਦਿਖਾਈ ਦੇ ਰਿਹਾ, ਇਸ ਪਰਫੋਰਮਾ ਤੁਸੀਂ ਚੰਗੀ ਤਰ੍ਹਾਂ ਭਰ ਕੇ ਇਹਨਾਂ ਦੇ ਦਿੱਤੇ ਹੋਏ ਪਤੇ ਦੇ ਉੱਤੇ ਭੇਜਣਾ ਹੈ ਜੀ। ਤੁਹਾਨੂੰ ਦੱਸ ਦਈਏ ਕਿ ਆਫਲਾਈਨ ਅਪਲਾਈ ਕਰਨਾ ਹੋਵੇਗਾ, ਇਸ ਤੋਂ ਬਾਅਦ ਸਿੱਧੀ ਹੀ ਇੰਟਰਵਿਊ ਹੋਣ ਜਾ ਰਹੀ ਹੈ। ਇਹ ਤੁਸੀਂ ਜੋ ਹੈ ਪਰਫੋਰਮਾ ਭਰ ਕੇ ਤੁਸੀਂ ਭੇਜਣਾ ਹੋਵੇਗਾ। ਹੁਣ ਤੁਹਾਨੂੰ ਦੱਸਦੇ ਹਾਂ ਕਿਹੜੀਆਂ ਕਿਹੜੀਆਂ ਪੋਸਟਾਂ, ਕਿੱਥੋਂ ਇਹ ਪੋਸਟਾਂ ਅਨਾਊਂਸ ਕੀਤੀਆਂ ਗਈਆਂ ਨੇ। ਇਹ ਪੋਸਟ ਕੀਤੀਆਂ ਗਈਆਂ ਨੇ ਜੀ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਬਠਿੰਡਾ ਦੇ ਵੱਲੋਂ ਜੀ। ਦਫ਼ਤਰ ਜੋ ਹੈ ਜ਼ਿਲ੍ਹਾ ਅਤੇ ਸੈਸ਼ਨ ਜੱਜ ਬਠਿੰਡਾ ਦੇ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ, ਜਿਸ ਦੇ ਵਿੱਚ ਐਪਲੀਕੇਸ਼ਨਾਂ ਦੀ ਮੰਗ ਕੀਤੀ ਗਈ ਹੈ ਪ੍ਰਿਸਕ੍ਰਾਈਬਡ ਪਰਫੋਰਮੇ ਦੇ ਉੱਪਰ ਜੀ, ਜਿਸ ਦੇ ਵਿੱਚ ਤੁਸੀਂ ਸਾਰੀਆਂ ਅਟੈਸਟਡ ਕਾਪੀਜ਼ ਲਗਾ ਦੇਣੀ, ਆਪਣੇ ਸਾਰੇ ਦਸਤਾਵੇਜ਼ ਦੀਆਂ ਇੱਕ ਪਾਸਪੋਰਟ ਸਾਈਜ਼ ਫੋਟੋਗ੍ਰਾਫ ਨਾਲ ਲਗਾ ਕੇ ਕੰਪਲੀਟ ਬਾਇਓਡਾਟਾ ਤੁਸੀਂ ਭੇਜਣਾ ਹੋਵੇਗਾ ਜੀ, ਜਿਸ ਦੇ ਵਿੱਚ ਕੀਤੀਆਂ ਗਈਆਂ ਨੇ। ਸਭ ਤੋਂ ਨਾ ਹੈਗਾ ਜੀ ਪ੍ਰੋਸੈਸ ਸਰਵਰ ਦੀ ਪੋਸਟ, ਜਿਸ ਦੇ ਵਿੱਚ ਪੋਸਟਾਂ ਦੀ ਗਿਣਤੀ 2 ਹੈ ਜੀ, ਕੈਟੇਗਰੀ ਵਾਈਜ਼ ਇਸ ਪ੍ਰਕਾਰ ਵੰਡਿਆ ਹੋਇਆ ਜੀ। ਇੱਕ ਪੋਸਟ ਹੈ ਜੀ SC MSB ਦੇ ਲਈ ਜੀ, ਪੰਜਾਬ ਦੇ ਲਈ। ਇੱਕ ਫਿਜ਼ੀਕਲ ਹੈਂਡੀਕੈਪਡ ਲਈ ਕੀਤੀ ਗਈ ਹੈ। ਪੇ ਸਕੇਲ ਦੀ ਗੱਲ ਕਰੀਏ 18,000 ਤੋਂ 56,900 ਲੈਵਲ 1 ਅਡਮਾਈਜ਼ੇਬਲ ਐਜ਼ ਪਰ 7th CPC ਦੇ ਤਹਿਤ ਜੀ ਤਨਖਾਹ ਦਿੱਤੀ ਜਾਵੇਗੀ। ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ 10ਵੀਂ ਤੁਸੀਂ ਪਾਸ ਕੀਤੀ ਹੋਵੇ ਪੰਜਾਬੀ ਵਿਸ਼ੇ ਨਾਲ ਜੀ, ਤਾਂ ਤੁਸੀਂ ਇਹ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਜੀ। 35 ਸਾਲ ਉਮਰ ਸੀਮਾ ਰੱਖੀ ਗਈ ਹੈ ਅਤੇ ਏਜ ਰਿਲੈਕਸੇਸ਼ਨ ਦਿੱਤੀ ਜਾਵੇ ਜੀ ਜੀ ਐਜ਼ ਪਰ ਰੂਲਸ ਦੇ ਅਕੋਰਡਿੰਗ, ਆਨਰੇਬਲ ਹਾਈ ਕੋਰਟ ਅਤੇ ਗਵਰਮੈਂਟ ਦੇ ਰੂਲਾਂ ਦੇ ਅਨੁਸਾਰ ਜੀ। ਨੈਕਸਟ ਪੋਸਟ ਹੈ ਜੀ PN ਦੀਆਂ ਪੋਸਟਾਂ ਨੇ, ਜਿਸ ਦੇ ਵਿੱਚ ਪੋਸਟਾਂ ਦੀ ਗਿਣਤੀ 12 ਹੈਗੀ ਹੈ। ਕੈਟੇਗਰੀ ਵਾਈਜ਼ ਵੰਡਿਆ ਗਿਆ ਜੀ, 4 ਪੋਸਟਾਂ ਜਰਨਲ ਦੀਆਂ ਨੇ, 2 SC MSB ਪੰਜਾਬ ਦੀਆਂ ਨੇ ਜੀ, 2 SC ਆਫ ਪੰਜਾਬ ਦੀਆਂ ਨੇ, 1 ਫਰੀਡਮ ਫਾਈਟਰ ਦੀ ਹੈ, 2 ESM ਜਰਨਲ ਆਫ ਪੰਜਾਬ ਦੀ ਹੈ ਜੀ, 1 ESM SC ਪੰਜਾਬ ਦੀ ਪੋਸਟਾਂ ਅਨਾਊਂਸ ਕੀਤੀਆਂ ਗਈਆਂ ਨੇ। ਪੇ ਸਕੇਲ ਸੇਮ ਦਿੱਤਾ ਜਾਵੇਗਾ ਜੀ, 18,000 ਤੋਂ 56,900 7th CPC ਦੇ ਤਹਿਤ ਲੈਵਲ 1 ਜੀ। ਕੁਆਲੀਫਿਕੇਸ਼ਨ ਦੀ ਗੱਲ ਕਰੀਏ, 8ਵੀਂ ਤੁਸੀਂ ਪਾਸ ਕੀਤੀ ਹੋਵੇ ਪੰਜਾਬੀ ਵਿਸ਼ੇ ਦੀ ਨੌਲੇਜ ਹੋਵੇ, ਪੰਜਾਬੀ ਵਿਸ਼ੇ ਨਾਲ ਪਾਸ ਕੀਤੀ ਹੋਵੇ, ਤਾਂ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ। 18 ਤੋਂ 35 ਸਾਲ ਉਮਰ ਸੀਮਾ ਰੱਖੀ ਗਈ ਹੈ। ਏਜ ਰਿਲੈਕਸੇਸ਼ਨ ਐਜ਼ ਪਰ ਗੌਰਮੈਂਟ ਰੂਲਜ ਅਤੇ ਆਨਰੇਬਲ ਹਾਈ ਕੋਰਟ ਦੇ ਨਿਯਮਾਂ ਦੇ ਅਨੁਸਾਰ ਹੋਵੇਗੀ ਜੀ। ਅਤੇ ਇੰਟਰਵਿਊ ਹੋਵੇਗੀ ਜੀ ਤੁਹਾਡੀ, ਜਿਸ ਦੇ ਅਕੋਰਡਿੰਗ ਤੁਹਾਡੇ 10 ਵਜੇ ਸਵੇਰੇ ਇੰਟਰਵਿਊ ਲਈ ਜਾਵੇਗੀ ਜੀ, ਜਿਸ ਦੇ ਵਿੱਚ ਜੋ ਹੈ ਪ੍ਰੋਸੈਸ ਸਰਵਰ ਦੀਆਂ 2 ਪੋਸਟਾਂ ਦੇ ਲਈ ਇੰਟਰਵਿਊ ਹੋਵੇਗੀ, ਅਲਫਾਬੈਟਿਕਲੀ ਹੋਵੇਗੀ ਜੀ। 19/9/2023 ਨੂੰ A ਤੋਂ G ਵਾਲੇ ਜੋ ਉਮੀਦਵਾਰ ਨੇ, ਜਿਨ੍ਹਾਂ ਦਾ ਨਾਮ A ਤੋਂ ਸ਼ੁਰੂ ਹੈ ਜੀ, B ਤੋਂ C ਤੋਂ D ਤੋਂ G ਤੱਕ ਵਾਲਿਆਂ ਦੀ ਇੰਟਰਵਿਊ 19/9/2023 ਨੂੰ, 20/9/2023 ਨੂੰ H ਤੋਂ L ਵਾਲਿਆਂ ਦੀ ਜੀ, 21/9/2023 ਨੂੰ M ਤੋਂ R ਵਾਲਿਆਂ ਦੀ ਅਤੇ 22/9/2023 ਨੂੰ S ਤੋਂ Z ਵਾਲਿਆਂ ਲਈ ਇੰਟਰਵਿਊ ਹੋਵੇਗੀ। 12 ਪੋਸਟਾਂ PN ਦੀਆਂ ਪੋਸਟਾਂ ਦੇ ਲਈ ਜੀ ਇੰਟਰਵਿਊ ਇਸ ਪ੍ਰਕਾਰ ਹੈ ਜੀ, 25/9/2023 ਨੂੰ A ਤੋਂ G ਵਾਲਿਆਂ ਦੀ ਜੀ, 26/9/2023 ਨੂੰ H ਤੋਂ L ਵਾਲਿਆਂ ਦੀ, 27/9/2023 ਨੂੰ M ਤੋਂ R ਵਾਲਿਆਂ ਦੀ ਜੀ, 28/9/2023 ਤੋਂ ਜੀ S ਤੋਂ Z ਵਾਲਿਆਂ ਦੀ ਜੋ ਇੰਟਰਵਿਊ ਹੋਵੇਗੀ ਜੀ। ਕੋਈ TA/DA ਨਹੀਂ ਦਿੱਤਾ ਜਾਵੇਗਾ ਜੀ ਇਸ ਦੇ ਲਈ ਜੀ। ਤੁਹਾਨੂੰ ਜੀ 15/9/2023 ਤੱਕ ਦਾ ਲਾਸਟ ਡੇਟ ਦਿੱਤੀ ਗਈ ਹੈ, ਸ਼ਾਮ 5 ਵਜੇ ਤੱਕ ਤੁਸੀਂ ਇਹਨਾਂ ਦੇ ਦਫ਼ਤਰ ਵਿਖੇ ਜਮ੍ਹਾਂ ਕਰਾਉਣੇ ਨੇ ਜੀ ਇਹ ਦਸਤਾਵੇਜ਼। ਕੁਝ ਟਰਮ ਐਂਡ ਕੰਡੀਸ਼ਨ ਨੇ, ਚੰਗੀ ਤਰ੍ਹਾਂ
ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ bathinda.dcourse.gov.in ਦੇ ਉੱਤੇ ਪੂਰਾ ਨੋਟੀਫਿਕੇਸ਼ਨ ਹੈ। ਜਾਂ ਤੁਹਾਨੂੰ ਅਗਰ ਨੋਟੀਫਿਕੇਸ਼ਨ ਚਾਹੀਦਾ ਸੀ PDF ਫਾਈਲ ਉਸੇ ਟਾਈਮ ਤੁਹਾਡੇ ਟੈਲੀਗ੍ਰਾਮ ਚੈਨਲ ਦੇ ਵਿੱਚ ਆਪਾਂ ਸੈਂਡ ਕਰਾਂਗੇ ਜੀ। ਇਸ ਕਰਕੇ ਜੈਸ ਔਰ ਨੋ ਜ਼ਰੂਰ ਲਿਖ ਦਿਓ ਜੀ ਵੀਡੀਓ ਦੇ ਐਂਡ ਵਿੱਚ ਜੀ ਕਮੈਂਟ ਬਾਕਸ ਦੇ ਵਿੱਚ। ਪੋਸਟਾਂ ਦੇ ਲਈ ਜੀ ਐਪਲੀਕੇਸ਼ਨਾਂ ਭੇਜਣੀਆਂ ਨੇ ਜੀ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਬਠਿੰਡਾ ਜੁਡੀਸ਼ੀਅਲ ਕੋਰਟ ਕੰਪਲੈਕਸ ਬਠਿੰਡਾ ਵਿਖੇ ਤੁਸੀਂ ਆਪਣੀਆਂ ਪੋਸਟਾਂ ਦੇ ਲਈ ਜੀ ਉਹ ਐਪਲੀਕੇਸ਼ਨ ਭੇਜਣੀ ਹੈਗੀਆਂ ਸੀ। ਇਹ ਜੀ ਅੱਜ ਦਾ ਨੋਟੀਫਿਕੇਸ਼ਨ, ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ, ਕਿਉਂਕਿ ਅਸੀਂ ਬਹੁਤ ਮਿਹਨਤ ਨਾਲ ਤੁਹਾਡੇ ਲਈ ਪੋਸਟਾਂ ਲੱਭ ਕੇ ਲੈ ਕੇ ਆਉਣਾ, ਜਾਣਕਾਰੀ ਲੱਭ ਕੇ ਲੈ ਕੇ ਆਉਣਾ। ਉਸ ਤੋਂ ਬਾਅਦ ਵੀਡੀਓ ਬਣਾਉਣ, ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ। ਹੁਣ ਮਿਲਦੇ ਨਵੀਆਂ ਪੋਸਟਾਂ ਦੇ ਨਾਲ, ਨਵੀਂ ਵੀਡੀਓ ਦੇ ਨਾਲ। ਤਦ ਤੱਕ ਲਈ ਰੱਬ